ਗੁਰੂ ਸਾਹਿਬ ਨੇ ਅਕਾਲ ਪੁਰਖ ਦੇ ਸੰਬੰਧ ਵਿੱਚ ਵਿਸ਼ੇਸ਼ ਤੋਂ ਵਿਸ਼ੇਸ਼ ਤੋਂ ਸਧਾਰਨ ਤੋਂ ਸਧਾਰਨ ਵਿਚਾਰ ਪੇਸ਼ ਕਰਦੇ ਹੋਇਆ ਸਮੁੱਚੇ ਬ੍ਰਹਿਮੰਡ ਦੀ ਏਕਤਾ ਔਰ ਇਸ ਦੀ ਇੱਕੋ ਕੇਂਦਰੀ ਧੁਆ ਇਸ ਦੀ ਨਾਭੀ ਜਿਹੜੀ ਹੈ ਉਸ ਨੂੰ ਇੱਕੋ ਪ੍ਰਮਾਤਮਾ ਦੇ ਰੂਪ ਵਿੱਚ ਵੇਖਣ ਦੀ ਕੋਸ਼ਿਸ਼ ਕੀਤੀ ਹੈ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤੀ ਲਹਿਰ ਨਾਲ ਜੁੜੇ ਹੋਏ ਭਗਤ ਬਾਣੀਕਾਰਾਂ ਦੀ ਜਿਹੜੀ ਬਾਣੀ ਹੈ ਉਸ ਦੇ ਵਿੱਚ ਵੀ ਬਹੁਤ ਹੀ ਖੂਬਸੂਰਤ ਤੇ ਗੁਰਮਤ ਦੇ ਅਨੁਸਾਰ ਟੁਕਮੇ ਸ਼ਬਦ ਕਹੇ ਗਏ ਨੇ ਅਸੀਂ ਵੇਖ ਸਕਦੇ ਹਾਂ ਕਿ ਭਗਤ ਪੀਪਾ ਆਪਣੇ ਇੱਕ ਸ਼ਤਰ ਦੇ ਵਿੱਚ ਬਹੁਤ ਵੱਡੀ ਗੱਲ ਕਹਿੰਦੇ ਨੇ ਕਿ ਜੋ ਬ੍ਰਹਮੰਡ ਸੁਈ ਪਿੰਡੇ ਜੋ ਖੋਜੇ ਸੁਪਾਵੇ ਗੁਰੂ ਸਾਹਿਬ ਨੇ ਜਦੋਂ ਇਹ ਬਾਣੀ ਇਹ ਸਤਨਾ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤੀਆਂ ਗੁਰੂ ਅਰਜਨ ਦੇਵ ਜੀ ਨੇ ਤਾਂ ਉਹਨਾਂ ਦੇ ਸਾਹਮਣੇ ਬੜੀ ਸਪਸ਼ਟ ਸੰਕੇਤ ਸੀ ਕਿ ਉਹ ਕਿਸੇ ਬਲਾਈਂਡ ਫਾਲੋਅਰ ਨੂੰ ਕਿਸੇ ਅੰਧ ਵਿਸ਼ਵਾਸੀ ਨੂੰ ਪਸੰਦ ਨਹੀਂ ਕਰਦੇ ਉਹ ਖੋਜੀ ਨੂੰ ਪਸੰਦ ਕਰਦੇ ਆ ਉਹਨਾਂ ਦਾ ਇਹ ਵਿਸ਼ਵਾਸ ਹੈ ਕਿ ਖੋਜ ਕਰਕੇ ਵਿਸ਼ਵਾਸ ਕਰਨਾ ਸਭ ਤੋਂ ਵੱਡੀ ਗੱਲ ਹੈ ਤੋ ਪ੍ਰਾਪਤੀ ਕਿਨੂੰ ਹੋ ਸਕਦੀ ਹੈ ਗੁਰੂ ਸਾਹਿਬ ਕਹਿੰਦੇ ਨੇ ਕਿ ਉਹ ਜਿਹੜਾ ਖੋਜ ਕਰੇ ਉਹ ਜਿਹੜਾ ਅੰਧ ਵਿਸ਼ਵਾਸ ਨਾ ਰੱਖੇ ਉਹ ਜਿਹੜਾ ਅਕਾਲ ਪੁਰਖ ਦੀਆਂ ਕਦਰਾਂ ਕੀਮਤਾਂ ਜਿਹੜੀਆਂ ਨੇ ਉਹਨਾਂ ਨੂੰ ਲੱਭਣ ਦੀ ਉਹਨਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੇ ਜਿਹੜਾ ਭਟਕਣ ਵਿੱਚ ਨਾ ਪਵੇ ਜਿਹੜਾ ਜੰਗਲ ਰੂਪ ਜਿਹੜਾ ਜੀਵਨ ਹੈ ਉਸ ਨੂੰ ਇਸ ਤਰ੍ਹਾਂ ਨਾ ਕਰੇ ਉਹ ਇਹ ਮਹਿਸੂਸ ਕਰੇ ਕਿ ਜੰਗਲ ਦੇ ਵਿੱਚ ਭਟਕਣ ਨਾਲੋਂ ਘਰ ਜਾਣਾ ਹੀ ਚੰਗਾ ਅਰਥ ਵਿਹੂਣੇ ਜੀਵਨ ਨਾਲੋਂ ਮਰ ਜਾਣਾ ਹੀ ਚੰਗਾ ਇਸੇ ਤਰ੍ਹਾਂ ਭਗਤ ਰਵਿਦਾਸ ਜੀ ਨੇ ਗੁਰੂ ਰਵਿਦਾਸ ਜੀ ਨੇ ਜਿਹੜਾ ਸ਼ਬਦ ਕਿਹਾ ਕਿ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਜਿਵੇਂ ਸੋਨੇ ਜਿੱਤ ਸੋਨੇ ਦੇ ਕੰਗਣ 'ਚ ਕੋਈ ਅੰਤਰ ਨਹੀਂ ਹੈ ਜਿਸ ਤਰ੍ਹਾਂ ਪਾਣੀ ਦੇ ਸਮੂਹ ਵਿੱਚ ਤੇ ਜਲ ਤਰੰਗ ਵਿੱਚ ਕੋਈ ਅੰਤਰ ਨਹੀਂ ਹੈ ਜਿਸ ਤਰ੍ਹਾਂ ਬੁਲਬਲੇ ਵਿੱਚ ਤੇ ਸਾਗਰ ਵਿੱਚ ਕੋਈ ਅੰਤਰ ਨਹੀਂ ਹੈ ਉਹਨਾਂ ਵਿੱਚ ਇਕਤਾ ਹੈ ਉਹਨਾਂ ਵਿੱਚ ਇੱਕ ਸੁਰਤਾ ਹੈ ਜਿਸ ਤਰ੍ਹਾਂ ਫੁੱਲ ਵਿੱਚ ਤੇ ਵੱਡੇ ਰੁੱਖ ਵਿੱਚ ਕੋਈ ਅੰਤਰ ਨਹੀਂ ਹੈ ਜਿਸ ਤਰ੍ਹਾਂ ਜੜ੍ਹ ਵਿੱਚ ਤੇ ਰੁੱਖ ਦੇ ਪੱਤਿਆਂ 'ਚ ਫੁੱਲਾਂ ਵਿੱਚ ਸਭ ਕਾਸੇ 'ਚ ਅੰਤਰ ਨਹੀਂ ਹੈ ਸਾਰੇ ਖੁਸ਼ਬੂਈ ਦਾ ਸਾਧਨ ਨੇ ਕਿਸੇ ਨਾ ਕਿਸੇ ਰੂਪ ਵਿੱਚ ਉਸੇ ਤਰ੍ਹਾਂ ਮਨੁੱਖ ਜਿਹੜਾ ਹੈ ਉਸ ਦਾ ਅਕਾਲ ਪੁਰਖ ਨਾਲੋਂ ਕੋਈ ਅੰਤਰ ਨਹੀਂ ਹੈ ਅਕਾਲ ਪੁਰਖ ਦੇ ਨੇੜੇ ਜਾਣ ਲਈ ਆਤਮ ਸਮਰਪਣ ਕਰਨਾ ਪੈਂਦਾ ਹੈ ਤੇ ਆਤਮ ਸਮਰਪਣ ਕਰਨ ਲਈ ਬਹੁਤ ਜ਼ਰੂਰੀ ਹੈ ਕਿ ਸਭ ਕੁਝ ਉਹਦੇ ਹਵਾਲੇ ਕਰਤਾ ਜਾਵੇ ਲੇਕਿਨ ਉਦਮ ਵੀ ਕੀਤਾ ਜਾਵੇ ਤੇ ਮੇਰਾ ਮੇਜ ਮੇਜ ਵਿੱਚ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲਾਗਿਆ ਮੇਰਾ ਜੇ ਮਨੁੱਖ ਵਿੱਚ ਇਹ ਭਾਵਨਾ ਆ ਜਾਵੇ ਤਾਂ ਲੜਾਈ ਝਗੜਾ ਇਸ ਕਿਸਮ ਦੀਆਂ ਜਦੋਂ ਕੋਈ ਨੁਕਸਾਨ ਹੋ ਗਿਆ ਕਦੇ ਕੋਈ ਫਾਇਦਾ ਹੋ ਗਿਆ ਕਦੇ ਦੁੱਖ ਆ ਗਿਆ ਕਦੇ ਸੁੱਖ ਆ ਗਿਆ ਜਦੋਂ ਅਸੀਂ ਗੁਰੂ ਘਰ ਜਾਂਦੇ ਆ ਅਸੀਂ ਇਹ ਮੰਗਦੇ ਆ ਮੈਨੂੰ ਦੁੱਖ ਨਾ ਮਿਲੇ ਮੈਨੂੰ ਸੁੱਖ ਮਿਲੇ ਮੈਨੂੰ ਸੋਖੀ ਸੁਖ ਮਿਲੇ ਤਾਂ ਇਸੇ ਤਰ੍ਹਾਂ ਦੇ ਗੁਰੂ ਸਾਹਿਬ ਦੇ ਉਹਨਾਂ ਬਚਨਾਂ ਨੂੰ ਅਸੀਂ ਭੁੱਲ ਜਾਂਦੇ ਆ ਜਿੱਥੇ ਉਹਨਾਂ ਨੇ ਕਿਹਾ ਆ ਕਿ ਦੁੱਖ ਸੁੱਖ ਦੋਨੋਂ ਕਪੜੇ ਪਹਿਰੇ ਜਾਏ ਮਨੁੱਖ ਦੋਖ ਸੋਖ ਦੋਨੋਂ ਸਮ ਕਰ ਜਾਣੇ ਇਸ ਕਿਸਮ ਦੀ ਜਿਹੜੀ ਉਹਨਾਂ ਦੀ ਸਿੱਖਿਆ ਹੈ ਉਸ ਨੂੰ ਜਦੋਂ ਅਸੀਂ ਤਿਆਗ ਦਿੰਨੇ ਆ ਤਾਂ ਸਮੱਸਿਆ ਪੈਦਾ ਹੁੰਦੀ ਹੈ ਔਰ ਨਾਲ ਦੀ ਨਾਲ ਸਾਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਉਹਨਾਂ ਦੀ ਭਾਵਨਾ ਵਿੱਚ ਉਹਨਾਂ ਦੀ ਸੋਚ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਵਿੱਚ ਉਹਨਾਂ ਦੇ ਵਰਤਾਓ ਵਿੱਚ ਉਹਨਾਂ ਦੇ ਸਲੀਕੇ ਵਿੱਚ ਅੰਤਰ ਰਹੇਗਾ ਉਸ ਅੰਤਰ ਨੂੰ ਪ੍ਰਵਾਨ ਕਰਨਾ ਜ਼ਰੂਰੀ ਹੈ ਤੋ ਉਹਦੇ ਬਾਰੇ ਚ ਕਿੰਨੇ ਸਾਧਾਰਨ ਤਰੀਕੇ ਨਾਲ ਉਹਨਾਂ ਨੇ ਕਿਹਾ ਹੋਇਆ ਆਮ ਤੌਰ ਤੇ ਬਹੁਤ ਬੰਦੇ ਇਹ ਸ਼ਿਕਾਇਤ ਕਰਨ ਲੱਗੇ ਸੋਚਦੇ ਨਹੀਂ ਉਹ ਕਹਿੰਦੇ ਜੀ ਗੁਰਬਾਣੀ ਤਾਂ ਔਖੀ ਭਾਸ਼ਾ ਵਿੱਚ ਲਿਖੀ ਹੋਈ ਹੈ ਮੈਂ ਜਿਹੜੀ ਗੱਲ ਬੋਲਣ ਲੱਗਿਆ ਇੱਕ ਸ਼ਬਦ ਵੀ ਇੱਕ ਅੱਖਰ ਵੀ ਉਹਦੇ ਚ ਔਖਾ ਨਹੀਂ ਫਰੀਦ ਕਹਿੰਦੇ ਨੇ ਕਿ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਾਨਾ ਹੰਡਾਏ ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਝ ਪਾਏ ਜਦੋਂ ਅਸੀਂ ਦੂਜਿਆਂ ਦੇ ਕੀੜੇ ਕੱਢਣ ਵਾਲੇ ਲੱਗ ਜਾਂਦੇ ਆ ਜਦੋਂ ਇਹ ਮਹਿਸੂਸ ਕਰਦੇ ਕਿ ਦੂਜਿਆਂ 'ਚ ਸਾਰੇ ਨੁਕਸ ਹੀ ਆ ਸਾਡੇ ਵਿੱਚ ਸਾਰੇ ਗੁਣ ਹੈ ਤਾਂ ਪ੍ਰੋਬਲਮ ਪੈਦਾ ਹੁੰਦੀ ਹੈ ਜਦੋਂ ਜੇ ਅਸੀਂ ਗੁਰਬਾਣੀ ਦੇ ਅਨੁਸਾਰ ਇਹ ਵਿਸ਼ਵਾਸ ਕਰ ਲਈਏ ਕਿ ਹੰਮ ਨਹੀਂ ਚੰਗੇ ਬੁਰਾ ਨਹੀਂ ਕੋਏ ਤਾਂ ਬਹੁਤ ਸਾਰੇ ਮਸਲੇ ਹੱਲ ਹੋ ਜਾਂਦੇ ਆ ਕਿਉਂਕਿ ਇਹਦੇ ਨਾਲ ਇਹ ਸੁਨੇਹਾ ਮਿਲਦਾ ਹੈ ਕਿ ਆਪਣੀਆਂ ਕੇਵਲ ਚੰਗਿਆਈਆਂ ਨਾ ਵੇਖੋ ਦੂਜਿਆਂ ਦੀਆਂ ਕੇਵਲ ਬੁਰਾਈਆਂ ਨਾ ਦੇਖੋ ਆਪਣੇ ਕੇਵਲ ਗੁਣ ਨਾ ਦੇਖੋ ਦੂਜਿਆਂ ਦੇ ਕੇਵਲ ਔਗਣ ਨਾ ਵੇਖੋ ਜੋ ਪਰਮਾਤਮਾ ਦੀ ਬਖਸ਼ਿਸ਼ ਦੇ ਕੀਤੇ ਹੋਏ ਇਸ ਸੁਭਾਅ ਦੇ ਵਿੱਚੋਂ ਹੀ ਇਹ ਇਹ ਗੱਲ ਸਿੱਖਦਾ ਬੰਦਾ ਕਿ ਕਿਸੇ ਦੀ ਨਿੰਦਿਆ ਕਰਨੀ ਚੰਗੀ ਨਹੀਂ ਇਸ ਗੱਲ ਦੇ ਵਿੱਚੋਂ ਹੀ ਬੰਦੇ ਨੂੰ ਸਿੱਖਿਆ ਮਿਲਦੀ ਜਦੋਂ ਬਾਬਾ ਫਰੀਦ ਵਰਗਾ ਮਹਾਂਪੁਰਖ ਕਹਿੰਦਾ ਕਿ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਨ ਲੇਖ ਆਪਣੇ ਗਰੀਬਾਨ ਮੈਂ ਸਿਰ ਨਹੀਂ ਵੰਦ ਕਰ ਦੇ ਪਹਿਲਾ ਸਵੈ ਆਲੋਚਨਾ ਪਹਿਲਾ ਆਪਣੇ ਆਪ ਉੱਤੇ ਵਿਚਾਰ ਪਹਿਲਾ ਆਪਣੀ ਪੀੜੀ ਥੱਲੇ ਸੋਟਾ ਫੇਰਨ ਵਾਲੀ ਗੱਲ ਜਿਹੜੀ ਹੈ ਉਹ ਕਰਨੀ ਪੈਂਦੀ ਹੈ ਉਹਦੇ ਨਾਲ ਮਨੁੱਖ ਸੌਖਾ ਰਹਿ ਸਕਦਾ ਹੈ ਉਹਦੇ ਨਾਲ ਮਨੁੱਖ ਆਪਣੀ ਸਿਹਤ ਵਿੱਚ ਤੁਰ ਸਕਦਾ ਹੈ ਮਨੁੱਖ ਦੀ ਆਪਣੀ ਸ਼ਕਤੀ ਦਾ ਜਿਹੜਾ ਹੈ ਨੁਕਸਾਨ ਨਹੀਂ ਹੁੰਦਾ ਵਾਹਿਗੁਰੂ